ਘਰ ਦੀਆਂ ਤੰਗੀਆਂ ਕਾਰਨ ਵੀ ਅਸੀਂ ਸੋਚਿਆ ਵੀ ਜੋਬ 'ਚ ਤਾਂ ਇੰਨੇ ਹੈ ਨਾ ਪੈਸੇ ਨਹੀਂ ਹੁੰਦੇ ਸੀਗੇ, ਜਿਹੜਾ ਵੀ ਘਰ ਦਾ ਥੋੜ੍ਹਾ ਸਰਕਲ ਚੱਲੇ, ਨਾ ਹੀ ਸਾਡੀ ਕੋਲ ਆਪਦੀ ਕੋਈ ਪੂੰਜੀ ਸੀ ਜੇ ਅਸੀਂ ਆਪਣਾ ਕੰਮ ਕਾਰ ਸ਼ੁਰੂ ਕਰੀਏ। ਮੇਰੇ ਤਾਂ ਜ਼ਿੰਦਗੀ ਦਾ ਇਹੀ ਸੁਪਨਾ ਕਿ ਮੈਂ ਅੱਗੇ ਪੁਲਿਸ 'ਚ ਜਾਣਾ, ਹੋਰ ਅੱਗੇ ਮਿਹਨਤ ਆਪਣੀ ਮਿਹਨਤ ਕਰਕੇ ਅੱਗੇ ਵਧਣਾ। ਅਜੀਤ ਵੈਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਜੱਸੀ ਸਵਾਗਤ ਕਰਦਾ। ਕੁਝ ਦਿਨ ਪਹਿਲਾਂ ਅਦਾਰਾ ਅਜੀਤ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀਗੀ, ਮਰੇਕੋਟਲਾ ਦੀ ਇੱਕ 17 ਸਾਲਾ ਨੌਜਵਾਨ ਲੜਕੀ ਜੋ ਇਲੈਕਟ੍ਰੋਨਿਕ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਪਿੰਡ ਸ਼ਹਿਰ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਅੱਜ ਉਹ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਪਹੁੰਚੇ ਸੀਗੇ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਕਿਵੇਂ ਉਹਨਾਂ ਦੇ ਵਿੱਚ ਇੱਦਾਂ ਹੌਸਲਾ ਪਿਆ ਅਤੇ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਲੜਕੇ ਲੜਕੀਆਂ ਘੁੰਮ ਰਹੇ ਨੇ ਉਹਨਾਂ ਨੂੰ ਕਿਵੇਂ ਹੌਸਲਾ ਦਿੰਦੇ ਨੇਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਅਜੀਤ 'ਤੇ। ਕੀ ਨਾਮ ਆ ਤੁਹਾਡਾ? ਰਿਤੂ ਵਰਮਾ। ਅੱਛਾ, ਕਿਹੜਾ ਕਿਹੜਾ ਸ਼ਹਿਰ ਅਤੇ ਮਰੇਕੋਟਲਾ ਤੋਂ ਰਹਿੰਦੇ ਹੋ ਤੁਸੀਂ? ਹਾਂਜੀ ਮਰੇਕੋਟਲਾ। ਅੱਛਾ, ਕਿਵੇਂ ਹੌਸਲਾ ਹੋਇਆ ਜਿਹੜਾ ਤੁਸੀਂ ਅੱਜ ਆਟੋ ਰਿਕਸ਼ਾ ਚਲਾ ਕੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹੋ? ਘਰ ਦੀਆਂ ਤੰਗੀਆਂ ਕਾਰਨ ਵੀ ਅਸੀਂ ਸੋਚਿਆ ਵੀ ਜੋਬ 'ਚ ਤਾਂ ਇੰਨੇ ਹੈ ਨਾ ਪੈਸੇ ਨਹੀਂ ਹੁੰਦੇ ਸੀਗੇ, ਜਿਹੜਾ ਵੀ ਘਰ ਦਾ ਥੋੜ੍ਹਾ ਸਰਕਲ ਚੱਲੇ, ਨਾ ਹੀ ਸਾਡੀ ਕੋਲ ਆਪਦੀ ਕੋਈ ਪੂੰਜੀ ਸੀ ਜੇ ਅਸੀਂ ਆਪਣਾ ਕੰਮ ਕਾਰ ਸ਼ੁਰੂ ਕਰੀਏ, ਇਸ ਲਈ ਫਿਰ ਅਸੀਂ ਸੋਚਿਆ ਕਿ ਆਟੋ ਚਲਾਉਣਾ ਹੀ ਵਧੀਆ ਕੰਮ ਹੈ। ਕਿੰਨੀ ਕੁ ਜਿਹੜੀ ਕਮਾਈ ਆ ਉਹ ਇੱਕ ਦਿਨ ਦੇ ਵਿੱਚ ਹੋ ਜਾਂਦੀ ਹੈ? ਇਹਦੇ 250 ਰੁਪਏ ਦੇ ਕਿਰਾਏ ਦਾ ਕੱਢ ਕੇ ਸਾਨੂੰ 200-300 ਰੁਪਏ ਬਚ ਜਾਂਦਾ। 200-300 ਰੁਪਏ ਦੇ ਨਾਲ ਜਾਣੀ ਗੁਜ਼ਾਰਾ ਜੋ ਹੋਣ ਜੋਗਾ ਹੁੰਦਾ। ਹੋਰ ਤੁਹਾਡਾ ਮਨ ਦੇ ਵਿੱਚ ਕੀ ਆਉਂਦਾ ਹੈਗਾ ਵੀ ਤੁਸੀਂ ਅੱਗੇ ਜਾ ਕੇ ਕਿਵੇਂ ਕਰਨਾ ਜ਼ਿੰਦਗੀ ਨੂੰ ਪ੍ਰਭਾਵ? ਮੇਰੇ ਤਾਂ ਜ਼ਿੰਦਗੀ ਦਾ ਇਹੀ ਸੁਪਨਾ ਕਿ ਮੈਂ ਅੱਗੇ ਪੁਲਿਸ 'ਚ ਜਾਣਾ, ਹੋਰ ਅੱਗੇ ਮਿਹਨਤ ਆਪਣੀ ਮਿਹਨਤ ਕਰਕੇ ਅੱਗੇ ਵਧਣਾ। ਅੱਛਾ, ਮਤਲਬ ਕੋਈ ਸਰਕਾਰੀ ਅਦਾਰੇ ਵੱਲੋਂ ਜਾਂ ਜਿਵੇਂ SDM ਮਰੇਕੋਟਲੇ ਦੇ ਵਿੱਚ ਜ਼ਿਆਦਾਤਰ ਜਿਹੜੇ ਅਹੁਦੇ ਨੇ ਉਹ ਔਰਤਾਂ ਕੋਲ ਨੇਗੇ, ਤੁਹਾਨੂੰ ਕਿਵੇਂ ਹੌਸਲਾ ਹੋਇਆ ਗਾ ਵੀ ਜਿਹੜਾ ਇਹ ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਪੇਟ ਪਾਲਣਾ? ਇੱਕ ਤਾਂ ਘਰ ਦੇ ਤੰਗੀਆਂ ਕਰਕੇ, ਇੱਕ ਫਿਰ ਮੇਰੇ ਦਿਮਾਗ 'ਚ ਇਹ ਆਇਆ ਕਿ ਕੋਈ ਵੀ ਕੰਮ ਛੋਟਾ ਬੜਾ ਨਹੀਂ ਹੁੰਦਾ, ਮਿਹਨਤ ਨਾਲ ਅੱਗੇ ਵਧਿਆ ਜਾ ਸਕਦਾ, ਕੁਛ ਵੀ ਕੰਮ ਨੀਚਾ ਨਹੀਂ ਕਰਕੇ ਸਰ ਮਿਹਨਤ ਨਾਲ ਕੁਛ ਵੀ ਕਰ ਸਕਦੇ ਆਪਾਂ, ਅੱਗੇ ਤੱਕ ਜਾ ਸਕਦੇ। ਕਿਹੜੀ ਕਲਾਸ ਦੇ ਵਿਦਿਆਰਥੀ ਹੋ ਤੁਸੀਂ? ਪਲੱਸ 1। ਹਾਂਜੀ। ਅੱਛਾ, ਕਿਵੇਂ ਤੁਹਾਨੂੰ ਲੱਗਦਾ ਹੈਗਾ ਵੀ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦਾ ਨਿਰਵਾਹ ਹੋ ਜਾਏਗਾ? ਅਤੇ ਇੱਕ ਤੁਸੀਂ ਬੈਡਮਿੰਟਨ ਦੇ ਬਹੁਤ ਅੱਛੇ ਖਿਡਾਰੀ ਹੋ, ਉਸ ਖੇਤਰ ਵੱਲ ਕਿਉਂ ਨਹੀਂ ਤੁਰੇ? ਬੈਡਮਿੰਟਨ ਦੇ ਤਾਂ ਵਧੀਆ ਖਿਡਾਰੀ ਹਨ, ਲੇਕਿਨ ਹੈ ਨਾ ਸ਼ਟਲ ਉਹਦੀ ਬਹੁਤ ਮਹਿੰਗੇ ਹੁੰਦੇ ਸੀਗੇ, ਘਰ ਦਾ ਗੁਜ਼ਾਰਾ ਹਲੇ ਰੋਟੀ ਪਾਣੀ ਔਖਾ ਚੱਲਦਾ ਸੀ, ਇਸ ਲਈ ਮੈਨੂੰ ਗੇਮ ਛੱਡਣੀ ਪਈ। ਇੱਕ ਬੈਡਮਿੰਟਨ ਦੀ ਖਿਡਾਰਨ ਜੋ ਹੁਣ ਆਟੋ ਰਿਕਸ਼ਾ ਚਲਾ ਕੇ ਆਪਦੇ ਪਰਿਵਾਰ ਦਾ ਪੇਟ ਪਾਲ ਰਹੀ ਹੈ ਅਤੇ ਹੌਸਲੇ ਅਫਜ਼ਾਈ ਲਈ ਅੱਜ ਪਿੰਡ ਸ਼ੇਰਗੜ੍ਹ ਚੀਮਾ ਦੀ ਜੋ ਪੰਚਾਇਤ ਹੈ ਅਤੇ ਕੁਝ ਆਗੂ ਵੀ ਇੱਥੇ ਸਾਡੇ ਨਾਲ ਜੁੜੇ ਨੇਗੇ, ਉਹਨਾਂ ਨੇ ਸਨਮਾਨ ਕੀਤਾ ਅਤੇ ਪਿੰਡ ਅੱਡੇ ਦੇ ਵਿੱਚ ਅਸੀਂ ਸਾਡੇ ਨਾਲ ਇਸ ਟਾਈਮ ਸੰਤੋਖ ਸਿੰਘ ਅਤੇ ਸ਼ਹਿਬਾਜ਼ ਰਾਣਾ ਆਮ ਆਦਮੀ ਪਾਰਟੀ ਤੋਂ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਬੱਚੇ ਦੇ ਹੌਸਲੇ ਲਈ ਕੀ ਕਰ ਰਹੇ ਨੇਗੇ। ਹਾਂਜੀ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਸੰਤੋਖ ਸਿੰਘ ਬਸੌਂਦਾ। ਸਾਨੂੰ ਅੱਜ ਇਹ ਬੇਟੀ ਬਾਰੇ ਪਤਾ ਲੱਗਿਆ ਸੀਗਾ ਵੀ ਇਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਆ ਅਤੇ ਇਹਦੇ ਵਿੱਚ ਸਾਨੂੰ ਬਹੁਤ ਮਾਣ ਮਹਿਸੂਸ ਅਤੇ ਖੁਸ਼ੀ ਮਹਿਸੂਸ ਹੋਈ ਅਤੇ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜੇ ਨੌਜਵਾਨ ਆਪਣੇ ਆਪ ਨੂੰ ਸਿਸਟਮ ਨੂੰ ਕੋਸ ਰਹੇ ਨੇ ਕਿ ਕੰਮ ਨਹੀਂ ਮਿਲ ਰਿਹਾ ਅਤੇ ਸਰਕਾਰਾਂ ਸਾਨੂੰ ਨੌਕਰੀਆਂ ਨਹੀਂ ਦੇ ਰਹੀਆਂ, ਉਹਨਾਂ ਲਈ ਇਹ ਬੇਟੀ ਉਦਾਹਰਣ ਆ ਕਿਉਂਕਿ ਇਸ ਨੇ ਰੈਂਟ ਦੇ ਉੱਤੇ ਲੈ ਕੇ 250 ਰੁਪਏ ਰੈਂਟ 'ਤੇ ਡੇਲੀ ਦੇ ਲੈ ਕੇ ਰਿਕਸ਼ਾ ਆਪਣੇ ਪਰਿਵਾਰ ਦੇ ਪੇਟ ਪਾਲਣ ਦੀ ਜ਼ਿੰਮੇਵਾਰੀ ਚੱਕੀ ਆ ਅਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਕਹਿੰਦੇ ਹਾਂ ਕਿ ਸਰਕਾਰਾਂ ਦੇ ਭਰੋਸੇ ਛੱਡ ਕੇ ਇਸ ਤਰ੍ਹਾਂ ਆਪਣੇ ਕਿੱਤੇ ਚਲਾਉਣ ਤਾਂ ਕਿ ਅਸੀਂ ਵਧੀਆ ਸਮਾਜ ਸਿਰਜ ਸਕੀਏ। ਸ਼੍ਰੀ ਸਹਿਬਾਜ਼ ਰਾਣਾ ਜੀ ਨਾਲ ਗੱਲਬਾਤ ਕਰਾਂਗੇ ਵੀ ਸਰਕਾਰ ਨੂੰ ਉਹ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਵੀ ਜੋ ਇੱਦਾਂ ਦੇ ਬੱਚੇ ਆਪਦੇ ਹੌਸਲੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਅਤੇ ਉਹਨਾਂ ਲਈ ਕੀ ਕਰਨਾ ਚਾਹੀਦਾ? ਸਰਕਾਰ ਨੂੰ ਇਹਨਾਂ ਦੇ ਹੌਸਲੇ ਦੇ ਕੇ ਇੱਕ ਕਹਿੰਦੇ ਨੇ ਇੱਕ ਨਸੀਹਤ ਹੈ, ਜੇ ਸਰਕਾਰਾਂ ਨਾਕਾਮ ਨੇ, ਜੇ ਸਰਕਾਰਾਂ ਕਿਹੜੇ ਵਾਅਦੇ ਕਰਕੇ ਘਰ ਘਰ ਰੋਜ਼ਗਾਰ ਦੇ ਆਏ ਤਾਂ ਇਹ ਕੁੜੀ ਸਾਡੇ ਸ਼ਹਿਰ ਦੀ, ਸਾਡੇ ਸ਼ਹਿਰ ਦਾ ਇੱਕ ਤਰ੍ਹਾਂ ਇੱਕ ਤਾਂ ਸਾਨੂੰ ਦੱਸਣ ਲੱਗੇ ਵੀ ਇੱਕ ਦਰਦ ਅਤੇ ਇੱਕ ਰੋਣਾ ਆਉਂਦਾ। ਇਹ ਬੇਟੀ ਕਿਹੜੀ ਵਿਚਾਰੀ ਸਾਡੀ ਭੈਣ ਹੈ, ਇਹਦੇ ਖੇਲਣ ਦੇ ਦਿਨ, ਪੜ੍ਹਾਈ ਦੇ ਦਿਨ, ਲੇਕਿਨ ਇਹਨੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੱਕ ਆਟੋ ਰਿਕਸ਼ਾ ਲਿੱਤਾ, ਉਹ ਵੀ ਆਟੋ ਰਿਕਸ਼ਾ ਕਿਸ਼ਤਾਂ 'ਤੇ ਲਿੱਤਾ,
200-250 रुपया किस्त है जी डेली की। दूजी फिर ये 6 भैणा ने इन्हों का इतने तक पता लगे सानू इन्हों का नीला कार्ड भी नहीं बनया हुआ ना ही इन्हों बिजली बिल माफ़ है। 6 भैणा ने कोई भाई नहीं। दूजी गल यह है इन्हों फादर साहब ही नहीं है जिदा सानू बहुत अफसोस होया। अज आप देख रहे शहर मलेरकोट कि बड़िया बड़िया कोठियां ने कि गड्डिया ने उन्होंने नीले कार्ड बने हुए हैं उन्होंने बिजली के बिल माफ़ न लेकिन साड़िया छोटी भैन करिए 6 भैणा ने जिन्हों को अपना मकान भी नहीं है करीब बेचारी ऑटो रिक्शा एक किराए पर चला रही है इन्हों का नीला कार्ड भी नहीं है तो ना ही बिजली बिल माफ़ है। सरकार को इस संबंध में की मैसेज देना चाहोगे? सरकार को असी यही मंग देने देखो यदि बच्ची की उम्र हैगी 17 साल की ये घर का जो भी गुजारा है और पूरा किया जाए कोई ना कोई हल किया जाए। जिमें हुण आम आदमी पार्टी तो संतोख सिंह सहवाज राणा जी ने कहा है भी परिवार का गुजारा मुश्किल नाल चलता सीगा ते प्रशासन नू इन्हां वल ध्यान दे के इस लड़की नू खेडां वल अते पढ़ाई वल तोरना चाहिए ते वध तो वध जिहड़ी है माली सहायता करनी चाहिए है। जसवीर सिंह जस्सी नाल मैं संदौड़ तो। देश दुनिया दीआं ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।